ਗੁਪਤ ਸੂਚਨਾ ਦੇ ਆਧਾਰ ਤੇ ਅਸੀਂ ਇੱਕ 53/24 FIR ਥਾਣਾ SSOC ਵਿਖੇ ਦਰਜ ਕੀਤੀ, ਜਿਹਦੇ ਵਿੱਚ ਅਸੀਂ ਜੋਬਨਦੀਪ ਸਿੰਘ ਸਨ ਆਫ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਵਾ ਤੇ ਇਹਦੇ ਕੋਲੋਂ ਜਿਹੜੇ ਅਸੀਂ 5 ਪਿਸਟਲ ਬਰਾਮਦ ਕੀਤੇ ਆ। ਕਿੱਥੋਂ ਦਾ ਰਹਿਣ ਵਾਲਾ ਇਹ ਮਾਣੂਚਾਲ ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਵਾ। ਇਹ ਸੰਬੰਧੀ ਜੀ ਅੱਜ ਹੀ ਅਜੇ ਗ੍ਰਿਫਤਾਰੀ ਪਾਈ ਆ ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਵਾ, ਜਿਹੜਾ 9-9 ਤੱਕ ਇਹਦਾ ਪੁਲਿਸ ਰਿਮਾਂਡ ਮਿਲਿਆ ਸਾਨੂੰ, ਹੁਣ ਪੁੱਛਗਿੱਛ ਦੌਰਾਨ ਹੀ ਪਤਾ ਚੱਲੇਗਾ। 5 ਪਿਸਟਲ ਫੜੇ ਗਏ, ਫਿਲਹਾਲ ਅਜੇ ਨਹੀਂ, ਅਜੇ ਤਫਤੀਸ਼ ਤੋਂ ਬਾਅਦ ਹੀ ਦੱਸਿਆ ਜਾਊਗਾ, ਉਹ ਬਾਅਦ ਦੇ ਵਿੱਚ ਹੀ ਅਜੇ ਅੱਜ 2 ਦਿਨ ਦਾ ਸਾਨੂੰ ਰਿਮਾਂਡ ਮਿਲਿਆ ਵਾ।